ਤਰਨਤਾਰਨ ਸ਼ਹਿਰ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਤਰਨਤਾਰਨ ਨਗਰ ਕੌਂਸਲ ਅਤੇ ਤਰਨਤਾਰਨ ਟ੍ਰੈਫਿਕ ਪੁਲਿਸ ਨੇ ਮਿਲ ਕੇ ਦੁਕਾਨਾਂ ਦੇ ਬਾਹਰ ਰੱਖਿਆ ਸਮਾਨ ਚੁੱਕ ਲਿਆ। ਜਦ ਸਮਾਨ ਚੁੱਕਿਆ ਜਾ ਰਿਹਾ ਸੀ ਤਾਂ ਦੁਕਾਨਦਾਰਾਂ 'ਚ ਹਫੜਾ ਦਫੜੀ ਮੱਚ ਗਈ। ਤਰਨਤਾਰਨ ਨਗਰ ਕੌਂਸਲ ਨੇ ਸਮਾਨ ਆਪਣੇ ਕਬਜ਼ੇ ਵਿੱਚ ਲੈ ਕੇ ਜਮ੍ਹਾਂ ਕਰ ਲਿਆ। ਸਾਡੇ ਵੱਲੋਂ ਤਾਂ ਇਹ ਆ ਕਿ ਸ਼ਹਿਰ ਦੇ ਵਿੱਚ ਜਿਹੜਾ ਆ ਆਮ ਜਨਤਾ ਬਾਹਰੋਂ ਆਉਂਦੀ ਆ ਜਾਂ ਧਾਰਮਿਕ ਸ਼ਹਿਰ ਹੋਣ ਦੇ ਨਾਤੇ ਲੋਕ ਜਿਹੜੇ ਫੋਰਨ ਤੋਂ ਆਉਂਦੇ ਜਾਂ ਲਾਗੇ ਪਿੰਡਾਂ ਤੋਂ ਆਉਂਦੇ ਇੱਥੇ, ਅਤੇ ਉਹਨਾਂ 'ਤੇ ਇਸ ਚੀਜ਼ ਦਾ ਉਹ ਵਾਰ ਵਾਰ ਸਾਨੂੰ ਇਹੀ ਆ ਕੇ ਕਹਿੰਦੇ ਕਿ ਦੇਖੋ ਜੀ ਤੁਹਾਡੇ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਬਹੁਤ ਮਤਲਬ ਹੈਗਾ ਆ ਕਿ ਰਸ਼ ਇੰਨਾ ਜ਼ਿਆਦਾ ਕਿ ਕੋਈ ਪੈਦਲ ਲੰਘਣਾ ਵੀ ਔਖਾ ਹੈਗਾ, ਅਤੇ ਉਹਦੇ ਅਸੀਂ ਸੰਬੰਧ ਵਿੱਚ ਅੱਜ ਕਾਰਵਾਈ ਕੀਤੀ ਆ ਅਤੇ ਅੱਗੇ ਵੀ ਕਰਦੇ ਰਹਾਂਗੇ ਕਿ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਆਪਣੀ ਜਿਹੜਾ ਸਮਾਨ ਹੈ ਦੁਕਾਨਾਂ ਦੇ ਵਿੱਚ ਰੱਖੋ। ਤਕਰ ਸਰ ਜੇ ਕੋਈ ਨਹੀਂ ਸਮਾਨ ਅੰਦਰ ਆਉਂਦਾ ਤਾਂ ਤੁਹਾਡੇ ਲੋਕ ਕੀ ਚਲਾਣ? ਸਾਡੇ ਵੱਲੋਂ ਚੱਕ ਲਿਆ ਜਾਏਗਾ, ਚਲਾਣ ਕੀਤੇ ਜਾਣਗੇ। ਜਿਹੜੇ ਲੋਕਾਂ ਨੇ ਆਪਣੇ ਅਕਰੋਚਮੈਂਟ ਕੀਤੀ ਆ ਬਾਹਰ ਦੁਕਾਨਾਂ ਦੇ, ਅੱਜ ਨਗਰ ਕੌਂਸਲਰ ਦੇ ਸਹਾਇਤਾ ਨਾਲ ਅਸੀਂ ਉਹਨਾਂ ਨੂੰ ਪਿੱਛੇ ਹਟਾਇਆ ਆ। ਇਹ ਮਸ਼ੀਨ ਸਾਡੀ ਤੇ ਜਾਰੀ ਰਹੂਗੀ ਜਿਸ ਤੱਕ ਤਾਂ ਕਿ ਜੋ ਕੋਈ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਕਿਸੇ ਨੂੰ। ਇਹ ਹੁਣ ਨਗਰ ਕੌਂਸਲ ਵਾਲੇ ਦੱਸੂਗੇ ਤੁਹਾਡੇ, ਉਹਨਾਂ ਨੇ ਕਰਨੇ ਆ ਜੀ ਚਲਾਣ, ਅਸੀਂ ਤਾਂ ਉਹਨਾਂ ਨੇ ਸਹਾਇਤਾ ਲਿਆ ਸੀ ਨਾਲ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਆਪਣੀ ਦੁਕਾਨ ਦੇ ਹੱਥ 'ਚ ਰਹਿਣ ਤਾਂ ਜੋ ਕਿਸੇ ਪਬਲਿਕ ਨੂੰ ਕੋਈ ਟ੍ਰੈਫਿਕ ਦੀ ਸਮੱਸਿਆ ਨਾ ਆਵੇ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।